ਵਿਆਹ ਰੱਖਿਆ ਸੀ। ਬੜੇ ਚਾਵਾਂ ਦੇ ਨਾਲ ਜ਼ੋਰਾਂ ਸ਼ੋਰਾਂ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਉੱਥੇ ਹੀ ਵਿਆਹ ਵਾਲਾ ਮੁੰਡਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਦੋਸਤ ਨੂੰ ਨਾਲ ਲੈ ਕੇ ਘਰੋਂ ਸ਼ੋਪਿੰਗ ਦੇ ਲਈ ਨਿਕਲਿਆ ਅਤੇ ਰਸਤੇ ਦੇ ਵਿੱਚ ਕਾਰ ਇਸ ਕਦਰ ਇਹਨਾਂ ਨੌਜਵਾਨਾਂ ਦੇ ਲਈ ਕਾਲ ਬਣ ਕੇ ਆਉਂਦੀ ਹੈ ਕਿ ਮੋਟਰਸਾਈਕਲ ਦੇ ਪਰਖੱਚੇ ਉਡਾ ਦਿੱਤੇ, ਇੱਥੋਂ ਤੱਕ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ। ਤਸਵੀਰਾਂ ਤੁਸੀਂ ਹਾਦਸੇ ਦੀਆਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਕਿ ਕਿਵੇਂ ਗੱਡੀ ਅਤੇ ਮੋਟਰਸਾਈਕਲ ਦੇ ਪਰਖੱਚੇ ਉਡਾ ਦਿੱਤੇ। ਦਰਅਸਲ ਦੱਸਿਆ ਜਾ ਰਿਹਾ ਕਿ ਆਪਣੇ ਵਿਆਹ ਦੀ ਸ਼ੋਪਿੰਗ ਕਰ ਪਿੰਡ ਪਰਤ ਰਿਹਾ ਲਾੜਾ ਅਤੇ ਉਸਦਾ ਇੱਕ ਹੋਰ ਸਾਥੀ ਹਾਦਸੇ ਦਾ ਸ਼ਿਕਾਰ ਹੋਏ ਨੇ। ਜਲਾਲਾਬਾਦ ਹਲਕੇ ਦੇ ਫਿਰੋਜ਼ਪੁਰ ਰੋਡ 'ਤੇ ਪਿੰਡ ਅਮੀਰ ਖਾਸ ਪੈਟਰੋਲ ਪੰਪ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦੇ ਵਿਚਕਾਰ ਭਿਆਨਕ ਟੱਕਰ ਹੁੰਦੀ ਹੈ। ਇਸ ਟੱਕਰ ਦੇ ਵਿੱਚ ਕਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ। ਦੱਸਿਆ ਜਾ ਰਿਹਾ ਕਿ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਵਿਆਹ ਸੀ ਅਤੇ ਆਪਣੀ ਵਿਆਹ ਦੀ ਸ਼ੋਪਿੰਗ ਦੇ ਲਈ ਸਮਾਨ ਦੀ ਖਰੀਦੋ ਫਰੋਖਤ ਕਰਨ ਦੇ ਲਈ ਜਲਾਲਾਬਾਦ ਪਹੁੰਚੇ ਸੀ ਅਤੇ ਆਪਣੇ ਸਾਥੀ ਸਮੇਤ ਖਰੀਦੋ ਫਰੋਖਤ ਕਰਨ ਤੋਂ ਬਾਅਦ ਜਦੋਂ ਵਾਪਸ ਇਹ ਲਾੜਾ ਪਰਤ ਰਿਹਾ ਸੀ ਤਾਂ ਅਮੀਰ ਖਾਸ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਇੱਕ ਕਾਰ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਭਿਆਨਕ ਤਰੀਕੇ ਦੇ ਨਾਲ ਟਕਰਾ ਜਾਂਦਾ, ਜਿਸ ਦੇ ਵਿੱਚ ਦੋਨੋਂ ਨੌਜਵਾਨ ਜ਼ਖਮੀ ਹੋ ਜਾਂਦੇ ਨੇ ਅਤੇ ਇਨਸਾਨੀਅਤ ਦਿਖਾਉਂਦੇ ਹੋਏ BSF ਦੀ ਮਦਦ ਦੇ ਨਾਲ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ। ਇੱਕ ਵਾਰ ਤਸਵੀਰਾਂ ਦਰੁਕ ਕਰਦੇ ਹਾਂ ਕਿ ਮੌਕੇ 'ਤੇ ਹਾਲਾਤ ਕੀ ਬਣੇ ਨੇ। ਜੀ, ਮੈਂ ਅਸੀਂ ਜਾ ਰਹੇ ਸੀ, ਮੈਂ ਅਤੇ ਸਾਡੇ ਸਬ ਇੰਸਪੈਕਟਰ, ਅਸੀਂ ਕਿਸੇ ਕੰਮ ਤੋਂ ਫਾਰਗ ਹੋ ਕੇ ਥਾਣੇ ਜਾ ਰਹੇ ਸੀ ਅਮੀਰ ਖਾਸ ਜੀ। ਮੈਂ ਉੱਥੇ ਮੁੱਖ ਮੁੱਚੀ ਵਜੋਂ ਤੈਨਾਤ ਹਾਂ ਜੀ। ਕੁਦਰਤੀ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਰੋਡ ਸਾਈਡ ਐਕਸੀਡੈਂਟ ਹੋ ਗਿਆ। ਅਸੀਂ ਆਪਦੀ ਪੋਜੀਸ਼ਨ ਸਮਝਦੇ ਹੋਏ, ਆਪਦੀ ਵੈਲਿਊ ਸਮਝਦੇ ਹੋਏ, ਬਿਨਾਂ ਕਿਸੇ ਕੰਪਲੇਂਟ ਤੋਂ, ਇਨਸਾਨੀਅਤ ਦੇ ਨਾਤੇ, ਆਪਦੀ ਪੁਲਿਸਿੰਗ ਦੇ ਨਾਤੇ, ਇਹ ਗੱਡੀ ਰੋਕ ਕੇ ਘਾਇਲਾਂ ਨੂੰ BSF ਦੀ ਮਦਦ ਨਾਲ, ਡਿਪਟੀ ਕਮਾਂਡੈਂਟ ਸਾਹਿਬ ਹੈਗੇ ਨੇ ਦੀਪੂ ਰਾਏ ਜੀ, 170 ਬਟਾਲੀਅਨ ਦੇ, ਉਹਨਾਂ ਨੇ ਮੌਕੇ 'ਤੇ ਆਪਦੀ ਗੱਡੀ ਵਿੱਚ, ਸਰਕਾਰੀ ਗੱਡੀ ਵਿੱਚ ਪੇਸ਼ੈਂਟ ਨੂੰ ਚੱਕ ਕੇ ਸਿਵਲ ਹੋਸਪਿਟਲ ਜਿਹੜਾ ਐਡਮਿਟ ਕਰਵਾਇਆ। ਜਿਹੜੇ ਇਲਾਜ ਦੌਰਾਨ ਨੇ, ਫਿਲਹਾਲ ਕੰਡੀਸ਼ਨ ਇੱਕ ਦੀ ਕ੍ਰਿਟੀਕਲ ਹੈ, ਇੱਕ ਦੀ ਠੀਕ ਹੈ। ਤੁਹਾਨੂੰ ਪਤਾ ਲੱਗਿਆ ਕਿੱਥੋਂ ਦੇ ਸੀ? ਨਹੀਂ ਨਹੀਂ ਸਰ, ਹਾਲੇ ਤਫਤੀਸ਼ ਦਾ ਮਾਮਲਾ ਹੈ, ਉਹ ਮਾਨ ਹੀ ਹੋ ਗਿਆ, ਸੱਚੋ ਸਾਹਿਬ ਦੇਖਣਗੇ। ਅਤੇ ਆ ਲੋਕਾਂ ਦੇ ਸਾਰਿਆਂ ਦੀ ਮਦਦ ਨਾਲ ਆਪਾਂ ਇਹ ਜਿੰਨਾ ਜਲਦੀ ਹੋ ਸਕੇ। ਵਿਆਹ ਰੱਖਿਆ ਸੀ, ਬੜੇ ਚਾਵਾਂ ਦੇ ਨਾਲ ਜ਼ੋਰਾਂ ਸ਼ੋਰਾਂ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਉੱਥੇ ਹੀ ਵਿਆਹ ਵਾਲਾ ਮੁੰਡਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਦੋਸਤ ਨੂੰ ਨਾਲ ਲੈ ਕੇ ਘਰੋਂ ਸ਼ੋਪਿੰਗ ਦੇ ਲਈ ਨਿਕਲਿਆ ਅਤੇ ਰਸਤੇ ਦੇ ਵਿੱਚ ਕਾਰ ਇਸ ਕਦਰ ਇਹਨਾਂ ਨੌਜਵਾਨਾਂ ਦੇ ਲਈ ਕਾਲ ਬਣ ਕੇ ਆਉਂਦੀ ਹੈ ਕਿ ਮੋਟਰਸਾਈਕਲ ਦੇ ਪਰਖੱਚੇ ਉਡਾ ਦਿੱਤੇ, ਇੱਥੋਂ ਤੱਕ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ। ਤਸਵੀਰਾਂ ਤੁਸੀਂ ਹਾਦਸੇ ਦੀਆਂ ਸਕਰੀਨ 'ਤੇ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਕਿ ਕਿਵੇਂ ਗੱਡੀ ਅਤੇ ਮੋਟਰਸਾਈਕਲ ਦੇ ਪਰਖੱਚੇ ਉਡਾ ਦਿੱਤੇ। ਦਰਅਸਲ ਦੱਸਿਆ ਜਾ ਰਿਹਾ ਕਿ ਆਪਣੇ ਵਿਆਹ ਦੀ ਸ਼ੋਪਿੰਗ ਕਰ ਪਿੰਡ ਪਰਤ ਰਿਹਾ ਲਾੜਾ ਅਤੇ ਉਸਦਾ ਇੱਕ ਹੋਰ ਸਾਥੀ ਹਾਦਸੇ ਦਾ ਸ਼ਿਕਾਰ ਹੋਏ ਨੇ। ਜਲਾਲਾਬਾਦ ਹਲਕੇ ਦੇ ਫਿਰੋਜ਼ਪੁਰ ਰੋਡ 'ਤੇ ਪਿੰਡ ਅਮੀਰ ਖਾਸ ਪੈਟਰੋਲ ਪੰਪ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦੇ ਵਿਚਕਾਰ ਭਿਆਨਕ ਟੱਕਰ ਹੁੰਦੀ ਹੈ। ਇਸ ਟੱਕਰ ਦੇ ਵਿੱਚ ਕਾਰ ਅਤੇ ਮੋਟਰਸਾਈਕਲ ਬੁਰੀ ਤਰ੍ਹਾਂ ਨੁਕਸਾਨੇ ਗਏ। ਦੱਸਿਆ ਜਾ ਰਿਹਾ ਕਿ ਮੋਟਰਸਾਈਕਲ 'ਤੇ ਸਵਾਰ ਨੌਜਵਾਨ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਦਾ ਵਿਆਹ ਸੀ ਅਤੇ ਆਪਣੀ ਵਿਆਹ ਦੀ ਸ਼ੋਪਿੰਗ ਦੇ ਲਈ ਸਮਾਨ ਦੀ ਖਰੀਦੋ ਫਰੋਖਤ ਕਰਨ ਦੇ ਲਈ ਜਲਾਲਾਬਾਦ ਪਹੁੰਚੇ ਸੀ ਅਤੇ ਆਪਣੇ ਸਾਥੀ ਸਮੇਤ
ਖਰੀਦੋ ਫਰੋਖਤ ਕਰਨ ਤੋਂ ਬਾਅਦ ਜਦੋਂ ਵਾਪਸ ਇਹ ਲਾੜਾ ਪਰਤ ਰਿਹਾ ਸੀ ਤਾਂ ਅਮੀਰ ਖਾਸ ਨਜ਼ਦੀਕ ਪੈਟਰੋਲ ਪੰਪ ਦੇ ਸਾਹਮਣੇ ਇੱਕ ਕਾਰ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਭਿਆਨਕ ਤਰੀਕੇ ਦੇ ਨਾਲ ਟਕਰਾ ਜਾਂਦਾ, ਜਿਸ ਦੇ ਵਿੱਚ ਦੋਨੋਂ ਨੌਜਵਾਨ ਜ਼ਖਮੀ ਹੋ ਜਾਂਦੇ ਨੇ ਅਤੇ ਇਨਸਾਨੀਅਤ ਦਿਖਾਉਂਦੇ ਹੋਏ BSF ਦੀ ਮਦਦ ਦੇ ਨਾਲ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ। ਇੱਕ ਵਾਰ ਤਸਵੀਰਾਂ ਦਰੁਕ ਕਰਦੇ ਹਾਂ ਕਿ ਮੌਕੇ 'ਤੇ ਹਾਲਾਤ ਕੀ ਬਣੇ ਨੇ। ਜੀ, ਮੈਂ ਅਸੀਂ ਜਾ ਰਹੇ ਸੀ, ਮੈਂ ਅਤੇ ਸਾਡੇ ਇੱਕ ਸਬ ਇੰਸਪੈਕਟਰ, ਅਸੀਂ ਕਿਸੇ ਕੰਮ ਤੋਂ ਫਾਰਗ ਹੋ ਕੇ ਥਾਣੇ ਜਾ ਰਹੇ ਸੀ ਅਮੀਰ ਖਾਸ ਜੀ, ਉੱਥੇ ਮੁੱਖ ਮੁੱਛੀ ਵਜੋਂ ਤੈਨਾਤ ਆ ਜੀ। ਕੁਦਰਤੀ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਰੋਡ ਸਾਈਡ ਐਕਸੀਡੈਂਟ ਹੋ ਗਿਆ। ਅਸੀਂ ਆਪਦੀ ਪੋਜੀਸ਼ਨ ਸਮਝਦੇ ਹੋਏ, ਆਪਦੀ ਵੈਲਿਊ ਸਮਝਦੇ ਹੋਏ, ਬਿਨਾਂ ਕਿਸੇ ਕੰਪਲੇਂਟ ਤੋਂ, ਇਨਸਾਨੀਅਤ ਦੇ ਨਾਤੇ, ਆਪਦੀ ਪੁਲਿਸਿੰਗ ਦੇ ਨਾਤੇ, ਇਹ ਗੱਡੀ ਰੋਕ ਕੇ ਘਾਇਲਾਂ ਨੂੰ BSF ਦੀ ਮਦਦ ਨਾਲ, ਡਿਪਟੀ ਕਮਾਂਡੈਂਟ ਸਾਹਿਬ ਹੈਗੇ ਨੇ ਦੀਪੂ ਰਾਏ ਜੀ 170 ਬਟਾਲੀਅਨ ਦੇ, ਉਹਨਾਂ ਨੇ ਮੌਕੇ 'ਤੇ ਆਪਦੀ ਗੱਡੀ ਵਿੱਚ, ਸਰਕਾਰੀ ਗੱਡੀ ਵਿੱਚ ਪੇਸ਼ੈਂਟ ਨੂੰ ਚੱਕ ਕੇ ਸਿਵਲ ਹੋਸਪਿਟਲ ਜਿਹੜੇ ਐਡਮਿਟ ਕਰਵਾਇਆ। ਜਿਹੜੇ ਇਲਾਜ ਦੌਰਾਨ ਨੇ, ਫਿਲਹਾਲ ਕੰਡੀਸ਼ਨ ਇੱਕ ਦੀ ਕ੍ਰਿਟੀਕਲ ਹੈ, ਇੱਕ ਦੀ ਠੀਕ ਹੈ। ਤੁਹਾਨੂੰ ਪਤਾ ਲੱਗਿਆ ਕਿੱਥੋਂ ਦੇ ਸੀ? ਨਹੀਂ ਨਹੀਂ ਸਰ, ਹਾਲੇ ਤਫਤੀਸ਼ ਦਾ ਮਾਮਲਾ ਹੈ, ਉਹ ਮਾਨ ਹੀ ਹੋ ਗਿਆ, ਸੱਚੋ ਸਾਹਿਬ ਦੇਖਣਗੇ। ਅਤੇ ਆ ਲੋਕਾਂ ਦੀ, ਸਾਰਿਆਂ ਦੀ ਮਦਦ ਨਾਲ ਆਪਾਂ ਇਹ ਜਿੰਨਾ ਜਲਦੀ ਹੋ ਸਕੇ।